ਇਸੇ ਟੌਪਿਕ ਤੇ ਗੱਲ ਹੋਈ ਸੀ ਹਾਂਜੀ ਮੈਂ ਥੋੜਾ ਟਾਈਮ ਲੈ ਉਹੀ ਗੱਲਾਂ ਦੀ ਜਿਹੜੀ ਪੈਰਵਾਈ ਹੈ ਉਹ ਸਰ ਨੇ ਕੀਤੀ ਤੇ ਬੜੀਆਂ ਨਵੀਆਂ ਗੱਲਾਂ ਬਾਰੇ ਤੁਹਾਨੂੰ ਜਾਣਕਾਰੀ ਉਹਨੇ ਦਿੱਤੀ ਸਾਡੇ ਰੱਬ ਜਿਉਂਦੇ ਰੱਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਾਡੇ ਮਾਂ ਬਾਪ ਬਿਲਕੁਲ ਉਹਨਾਂ ਦੀ ਕਦਰ ਕਰਨੀ ਉਹਨਾਂ ਦੀ ਦਿੱਤੀਆਂ ਹੋਈਆਂ ਚੀਜ਼ਾਂ ਜੋ ਅਸੀਂ ਆਪ ਮਾਣ ਰਹੇ ਹਾਂ ਉਹਨਾਂ ਨੂੰ ਮੋੜ ਕੇ ਇੱਕ ਸਨੇਹ ਸਤਿਕਾਰ ਦੇ ਰੂਪ ਵਿੱਚ ਦੇਣਾ ਇਹ ਸਾਡਾ ਫਰਜ਼ ਹੈ ਮੈਂ ਉਮੀਦ ਕਰੂੰਗਾ ਕਿ ਜੋ ਵੀ ਗੱਲਾਂ ਸਾਡੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ 'ਤੇ ਅਮਲ ਕਰੂੰਗੀ ਬਿਨਾਂ ਅਮਲ ਕਰਨ ਦੇ ਨਾਲ ਕੁਛ ਵੀ ਨਹੀਂ ਅਸੀਂ ਪੜ੍ਹਾਈ ਵੀ ਪੜ੍ਹਦੇ ਆ ਰਹੇ ਹਾਂ ਹੁਣ ਸਿੱਖ ਰਹੇ ਹਾਂ ਟ੍ਰੇਨਿੰਗ ਲੈ ਰਹੇ ਹਾਂ ਅੱਗੇ ਫਿਊਚਰ 'ਚ ਜਾ ਕੇ ਵੀ ਆਪਦੇ ਕੰਮ ਕਰਾਂਗੇ ਪਰ ਜਿੰਨਾ ਚਿਰ ਉਹਨਾਂ ਸਿੱਖੀਆਂ ਹੋਈਆਂ ਗੱਲਾਂ 'ਤੇ ਅਮਲ ਨਹੀਂ ਕਰਾਂਗੇ ਤਾਂ ਫਿਰ ਉਹ ਕੁਛ ਨਹੀਂ ਪੜ੍ਹੇ ਇਲਮ ਤੇ ਅਮਲ ਨਾ ਕਰੇ ਜਿਹੜਾ ਵਾਂਗ ਢੋਲ ਦੇ ਕੋਲ ਜੋ ਸੱਖਣਾ ਹੈ ਫਿਰ ਉਹ ਖਾਲੀ ਰਹਿ ਜਾਵਾਂਗੇ ਵਿੱਚੋਂ ਅਸੀਂ ਤੇ ਇਸੇ ਉਮੀਦ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਊਗਾ ਮੈਂ ਬਾਅਦ ਦੇ ਵਿੱਚ ਵੀ ਜੇਕਰ ਤੁਹਾਨੂੰ ਅੱਛਾ ਲੱਗਾ ਸਾਰਾ ਕੁਛ ਤਾਂ ਫਿਰ ਆਪਾਂ ਕਿਸੇ ਸਮੇਂ ਸਾਥੋਂ ਟਾਈਮ ਲੈ ਕੇ ਇਹਨਾਂ ਨੂੰ ਤੁਹਾਡੇ ਨਾਲ ਫਿਰ ਇੱਕ ਵਾਰੀ ਰੂਬਰੂ ਕਰਵਾਵਾਂਗੇ ਪਰ ਇਹਦੇ ਬਾਰੇ ਜੋ ਕੁਛ ਇਹਨਾਂ ਨੇ ਦੱਸਿਆ ਜੋ ਲਿਟਰੇਚਰ ਕੁਛ ਅਸੀਂ ਵੀ ਉਸ ਸਮੇਂ ਨੂੰ ਕੱਢ ਕੇ ਪੜ੍ਹਾਂਗੇ ਤੇ ਫਿਰ ਤੁਹਾਡੇ ਨਾਲ ਡਿਸਕਸ ਕਰ ਇਸ ਉਮੀਦ ਦੇ ਨਾਲ ਕਿ ਤੁਸੀਂ ਵਾਅਦਾ ਕਰਦੇ ਹੋ ਸਾਰੇ ਭਵਿੱਖ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਮੰਨਾਂਗੇ ਮੈਂ ਸਰਦਾ ਇਹਨਾਂ ਦੇ ਨਾਲ ਆਏ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਇਹਨਾਂ ਨੇ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਨੂੰ ਪ੍ਰੇਰਨਾ ਦੇਣ ਦੇ ਲਈ ਆਪਣਾ ਟਾਈਮ ਦਿੱਤਾ ਥੈਂਕ ਯੂ ਸਰ